ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਲੇਟੈਸਟ ਮਾਰਨਿੰਗ ਦੀ ਵਿੱਚ ਜਿਹੜੀ ਅਪਡੇਟ ਆਈ ਹੈ ਜੀ ਰਿਕਰੂਟਮੈਂਟ ਦੇ ਰਿਲੇਟਡ ਜੋ ਕਿ ਪੀਟ੍ਰੀਪਲ ਐਸਬੀ ਦੇ ਵਿੱਚ ਕਲਰਕ ਦੀਆਂ ਵੈਕੈਂਸੀਜ਼ ਨੂੰ ਲੈ ਕੇ ਆ ਚੁੱਕੇ ਹੈ ਜੀ ਇਸ ਦੇ ਵਿੱਚ ਵੈਕੈਂਸੀ ਸੀ ਆਊਟ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਵੱਖ-ਵੱਖ ਵੈਕੈਂਸੀਜ਼ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿੱਦਾਂ ਕਿ ਭਗਵੰਦ ਮਾਨ ਜੀ ਨੇ ਕਿਹਾ ਸੀਗਾ ਕਿ ਨੋਟੀਫਿਕੇਸ਼ਨ ਜਾ ਚੁੱਕੇ ਨੇ ਸੋ ਫਾਈਨਲੀ ਪੀਟ੍ਰੀਪਲ ਐਸਬੀ ਨੇ ਰਿਲੀਜ਼ ਕਰ ਦਿੱਤਾ ਹੈ ਜੀ ਨੋਟੀਫਿਕੇਸ਼ਨ 1200 ਪ ਵੈਕੈਂਸੀਸ ਆਊਟ ਹੋਈਆਂ ਨੇ ਸੋ ਪਹਿਲਾ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਆਊਟ ਕਰ ਦਿੱਤਾ ਗਿਆ ਇਸ ਦੇ ਵਿੱਚ ਕੀ ਉਮਰ ਹੱਦ ਯੋਗਤਾ ਅਪਲਾਈ ਕਿੱਦਾਂ ਕਰਨਾ ਹੈ ਜੀ ਕੰਪਲੀਟ ਇਨਫੋਰਮੇਸ਼ਨ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਦਵਾਂਗਾ ਸੋ ਲੜਕੇ ਤੇ ਲੜਕੀਆਂ ਦੋਨਾਂ ਲਈ ਬਹੁਤ ਹੀ ਵਧੀਆ ਨੋਟੀਫਿਕੇਸ਼ਨ ਆਇਆ ਹੈ ਜੀ ਆਫੀਸ਼ਲ ਨੋਟੀਫਿਕੇਸ਼ਨ ਤੁਹਾਨੂੰ ਮੈਂ ਦਿਖਾਵਾਂਗਾ ਸੋ ਤੁਸੀਂ ਜਿਹੜਾ ਹੈ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਹੈ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈ ਤਾ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਜੀ ਪੰਜਾਬ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੇ ਚੈਨਲ ਦੇ ਥਰੂ ਜਾ ਕੇ ਚੈੱਕ ਕਰ ਸਕਦੇ ਹੋ ਜਾਂ ਫਿਰ ਸਾਡੀ ਵੈਬਸਾਈਟ meetacademy.xyz ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਸਾਰੀ ਜੋਬ ਰਿਲੇਟਡ ਅਪਡੇਟਸ ਜਿਹੜੇ ਨੇ ਉਹ ਲੈ ਕੇ ਆਂਦਾ ਹੀ ਰਵਾਂਗਾ ਸੋ ਜੁੜੇ ਰਹਿਣਾ ਸਾਡੇ ਨਾਲ ਜੀ ਸਾਰੇ ਜੋਬ ਰਿਲੇਟਡ ਅਪਡੇਟ ਸਭ ਤੋਂ ਪਹਿਲਾਂ ਲੈਣ ਦੇ ਲਈ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਤੁਸੀਂ ਕਿਸੇ ਗਵਰਨ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਲੈ ਚਲਦੇ ਹਾਂ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਤੇ ਉੱਥੇ ਜਾ ਕੇ ਤੁਹਾਨੂੰ ਦੱਸਦਾ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਪੀਟ੍ਰਿਪਲ ਐਸਬੀ ਵੱਲੋਂ ਕਲਰਕ ਦੀ ਵੈਕੈਂਸੀਜ਼ ਦੇ ਅਲੱਗ-ਅਲੱਗ ਵੈਕੈਂਸੀਆਂ ਨੇ ਦੋਨੋਂ ਤੁਹਾਨੂੰ ਦਿਖਾਣਾ ਹੈ ਜੀ ਸੋ ਇਹ ਤੁਸੀਂ ਦੇਖ ਪਾ ਰਹੇ ਹੋ ਜੀ ਦੀਨ ਸੇਵਾਵਾਂ ਚੋਣ ਬੋਰਡ ਪੰਜਾਬ ਜੋ ਕਿ ਟ੍ਰਿਪਲ ਐਸ ਵੀ ਬੋਰਡ ਪੰਜਾਬ ਹੈ 1100 ਸੈਕਟਰ 68 ਮੋਹਾਲੀ ਦੇ ਵਿੱਚ ਉਹਨਾਂ ਨੇ ਜਿਹੜਾ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਮੰਗ ਪੱਤਰ ਜਿਹੜਾ ਹੈ ਜੀ ਉਧਾਰ ਤੇ ਕਲਰਕ ਕੰਮ ਡੇਟਾ ਐਂਟਰੀ ਆਪਰੇਟਰ ਦੀਆਂ 917 ਅਸਾਮੀਆਂ ਦੀ ਸਿੱਧੀ ਭਰਤੀ ਲਈ ਦੀਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ ਤੇ 15/5/2022 ਤੋਂ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ ਹੈ ਮਤਲਬ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਨੇ ਜੀ 15/5/2022 ਤੋਂ ਸਟਾਰਟ ਹੋ ਜਾਣਗੀਆਂ ਸੋ ਉਸੇ ਦਿਨ ਤੋਂ ਤੋਂ ਤੁਸੀਂ ਜਿਹੜੇ ਜੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਸ ਭਰਤੀ ਸੰਬੰਧੀ ਵਿੱਦਿਅਕ ਯੋਗਤਾ ਤਨਖਾਹ ਅਪਲਾਈ ਕਰਨ ਦੀ ਅੰਤਿਮ ਮਿਤੀ ਆਦੀ ਸਾਰੀ ਸੂਚਨਾ ਜਿਹੜੀ ਹੈ ਜੀ ਉਹਨਾਂ ਨੇ ਆਪਣੀ ਵੈਬਸਾਈਟ ਤੇ ਅਪਲੋਡ ਕਰਨੀ ਹੈ ਅਗਰ ਮੈਂ ਗੱਲ ਕਰਾਂ ਡਾਟਾ ਐਂਟਰੀ ਕਲਰਕ ਕਮ ਦੀਆਂ ਵੈਕੈਂਸੀਜ਼ ਦੇ ਲਈ ਅਗਰ ਆਪਾਂ एलिਜੀਬਿਲਟੀ ਦੀ ਗੱਲ ਕਰੀਏ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਅੱਗੇ ਗੱਲ ਕਰ ਰਿਹਾ ਕਲਰਕ ਅਮ ਡਾਟਾ ਐਂਟਰੀ ਆਪਰੇਟਰ ਦੀ ਵਿੱਚ ਜਿਹੜੀਆਂ ਜੀ ਐਨੀ ਗ੍ਰੈਜੂਏਟ ਜਿਹੜੇ ਕੈਂਡੀਡੇਟ ਨੇ ਉਹ ਐਲੀਜੀਬਲ ਹੁੰਦੇ ਨੇ ਜੀ ਇਸ ਦੇ ਵਿੱਚ ਠੀਕ ਹੈ ਜੀ ਬਾਕੀ ਟਾਈਪਿੰਗ ਟੈਸਟ ਔਰ ਬਾਕੀ ਡਿਟੇਲਸ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਮੈਂ ਡਿਸਕ੍ਰਿਪਸ਼ਨ ਚ ਲਿੰਕ ਤੁਹਾਨੂੰ ਦੇ ਦੇਵਾਂਗਾ ਪੂਰੀ ਡਿਟੇਲ ਦੇ ਲਈ ਔਰ ਇਸ ਦੇ ਵਿੱਚ ਤਨਖਾਹ ਸਕੀਲ ਦੀ ਅਗਰ ਮੈਂ ਗੱਲ ਕਰਾਂ ਕਿ ਜਿਹੜੇ ਕਲਰਕ ਅਮ ਡਾਟਾ ਐਂਟਰੀ ਆਪਰੇਟਰ ਹੁੰਦੇ ਆ 21700 ਸਟਾਰਟਿੰਗ ਸੈਲਰੀ ਜਿਹੜੀ ਹੈ ਜੀ ਲਾਸਟ ਪ੍ਰੀਵੀਅਸ ਅਗਰ ਆਪਾਂ ਜਿਹੜਾ ਨੋਟੀਫਿਕੇ ਅਪਲਾਈ ਕਰ ਸਕਦੇ ਨੇ ਇਸ ਦੇ ਵਿੱਚ ਏਜ਼ ਰੈਲੈਕਸੇਸ਼ਨ ਵੀ ਦਿੱਤੀ ਜਾਂਦੇ ਨੇ ਜਿਹੜੀ ਰਿਜ਼ਰਵ ਕੈਟਾਗਰੀ ਨੂੰ ਕੈਂਡੀਡੇਟ ਜਿਹੜੇ ਨੇ ਬਿਲੋਂਗ ਕਰਦੇ ਨੇ ਉਹ ਆਪਣਾ ਸਰਟੀਫਿਕੇਟ ਦਿਖਾ ਕੇ ਏਜ਼ ਰੈਲੈਕਸੇਸ਼ਨ ਵੀ ਇਸ ਦੇ ਵਿੱਚ ਲੈ ਸਕਦੇ ਨੇ ਜੋ ਕਿ ਪੰਜਾਬ ਗਵਰਨਮੈਂਟ ਦੇ ਅਕੋਰਡਿੰਗਲੀ ਹਰ ਜਿਹੜੀ ਪੋਸਟ ਆਊਟ ਹੁੰਦੀਆਂ ਨੇ ਜਿਹੜੀਆਂ ਰੈਗੂਲਰ ਵੈਕੈਂਸੀਜ਼ ਆਊਟ ਹੁੰਦੀਆਂ ਨੇ ਉਹਦੇ ਵਿੱਚ ਦਿੱਤੀ ਹੀ ਜਾਂਦੀ ਹੈ ਸੋ ਇਸ ਦੇ ਵਿੱਚ ਆਨਲਾਈਨ ਨੋਟੀਫਿਕੇਸ਼ਨ ਇਹ ਆਊਟ ਜਿਹੜਾ 15 ਨੂੰ ਹੋਏਗਾ ਜੀ ਸੈਕੰਡ ਨੋਟੀਫਿਕੇਸ਼ਨ ਜਿਹੜਾ ਜੀ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਆਊਟ ਕੀਤਾ ਹੈ ਉਹ ਜਿਹੜਾ ਕਲਰਕ ਲੀਗਲ ਦੀਆਂ ਵੈਕੈਂਸੀਜ਼ ਨੇ 28 ਹੈ ਜਿਸ ਦੇ ਵਿੱਚ ਸੇਮ 15 5 2022 ਤੋਂ ਆਨਲਾਈਨ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਸਟਾਰਟ ਹੋ ਜਾਣਗੀਆਂ ਔਰ ਤੁਸੀਂ ਆਨਲਾਈਨ ਹੀ ਅਪਲਾਈ ਕਰੋਗੇ ਜਿਸ ਦਿਨ ਅਪਲਾਈ ਕਰਨਾ ਸ਼ੁਰੂ ਹੋਏਗਾ ਮੈਂ ਤੁਹਾਨੂੰ ਨਾਲ ਦੀ ਨਾਲ ਅਪਲਾਈ ਕਰਕੇ ਵੀ ਦਿਖਾਵਾਂਗਾ ਠੀਕ ਹੈ ਜੀ ਹਰ ਇੱਕ ਪੋਸਟ ਦੇ ਲਈ ਇੰਡੀਵਿਜੂਅਲੀ ਔਰ ਤੁਸੀਂ ਚੈੱਕ ਵੀ ਕਰ ਸਕੋਗੇ ਕਿੱਦਾਂ ਅਪਲਾਈ ਕਰਨਾ ਹੈ ਜੀ ਬਾਕੀ ਕੋਈ ਵੀ ਡਾਊਟ ਤੁਹਾਨੂੰ ਹੁੰਦਾ ਜੀ ਤੁਸੀਂ ਉਹਨੂੰ ਕਮੈਂਟ ਬਾਕਸ 'ਚ ਕਮੈਂਟ ਕਰ ਸਕਦੇ ਹੋ ਇਹਦੇ ਲਈ ਤਿਆਰੀ ਕਰਨ ਦੇ ਲਈ ਲਿੰਕ ਡਿਸਕ੍ਰਿਪਸ਼ਨ ਦਿੱਤਾ ਹੋਇਆ ਜੀ ਸਟੱਡੀ ਮਟੀਰੀਅਲ ਦਾ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਲਈ ਕੋਈ ਡਾਊਟ ਹੋਵੇ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਸਾਡੇ ਤੱਕ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਕੁਐਸਚਨ ਪੁੱਛਣਾ ਚਾਹੁੰਦੇ ਹੋ ਵੀ ਤੁਸੀਂ ਪੁੱਛ ਸਕਦੇ ਹੋ ਇਹ ਪਹਿਲਾ ਨੋਟੀਫਿਕੇਸ਼ਨ ਹੈ ਜਿਹੜਾ ਪੀ ਟ੍ਰਿਪਲ ਐਸਬੀ ਦਾ ਮਈ ਮਹੀਨੇ ਦੇ ਵਿੱਚ ਸ਼ੁਰੂ ਕਰ ਦਿੱਤਾ ਹੈ ਬਿਲਕੁਲ ਰੈਗੂਲਰ ਵੈਕੈਂਸੀਜ਼ ਦਾ ਸੋ ਜਲਦੀ ਨਾਲ ਜਾ ਕੇ ਇਹਦੇ ਲਈ ਅਪਲਾਈ ਕਰ ਲਵੋ ਜੇ ਕੋਈ ਡਾਊਟ ਹੋਏਗਾ ਜ਼ਰੂਰ ਕਮੈਂਟ ਕਰਕੇ ਦੱਸਿਓ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ